ਹਾਂਜੀ ਹਸਬੈਂਡ ਹੈਗੇ ਆ ਤੇ ਇਹ ਸਰਕਾਰੀ ਪ੍ਰਾਇਮਰੀ ਸਕੂਲ ਦਸ਼ਮੇਸ਼ ਨਗਰ ਚ ਬਤੌਰ ਹੈਡ ਟੀਚਰ ਕੰਮ ਕਰਦੇ ਆ। ਤੇ ਬਸ ਸਕੂਲ ਤੋਂ ਜਿਵੇਂ ਛੁੱਟੀ ਹੋਈ ਹੈ ਬਸ ਔਨ ਡਿਊਟੀ ਹੋਇਆ ਇਹ ਕੰਮ, ਤੇ 3 ਵਜੇ ਲੋਕ ਲਾ ਕੇ ਬਸ ਜਿਵੇਂ ਤੁਰਨ ਲੱਗੇ ਸੀ ਉਦੋਂ ਹੀ ਕਹਿੰਦੇ ਵੀ ਕੋਈ ਆਇਆ ਜੈਂਟਸ, ਤੇ ਉਹ ਆ ਕੇ ਕਹਿੰਦਾ ਵੀ ਸਰ ਤੁਹਾਡੇ ਨਾਲ ਗੱਲ ਕਰਨੀ ਹੈ, ਤੇ ਉਹ ਅੰਦਰ ਲੈ ਗਿਆ। ਅੰਦਰ ਲਿਜਾ ਕੇ ਉਹਨੇ ਮਾਰਕੁੱਟ ਸ਼ੁਰੂ ਕਰਤੀ। ਇਹਨਾਂ ਨੂੰ ਇਹਨਾਂ ਦੇ ਸਕੂਲ ਦੀ ਮੈਡਮ ਹੈ ਕਿਰਨਦੀਪ ਕੌਰ, ਉਹ ਆਪਦੇ ਬੇਟੇ ਨੂੰ ਲੈ ਕੇ ਉਹ ਵੀ ਆ ਗਏ। ਉਹਨਾਂ ਨੇ ਇਹ ਨਹੀਂ ਪਤਾ ਵੀ ਉਹਨੇ ਗੇਟ ਬੰਦ ਕੀਤਾ ਕਿ ਭੇੜਿਆ, ਤੇ ਉਹਨਾਂ ਉਹ ਅੰਦਰ ਲੈ ਗਏ ਤੇ ਉੱਥੇ ਉਹਨਾਂ ਨੇ ਕੁੱਟਮਾਰ ਕੀਤੀ ਹੈ। ਦੋਸ਼ ਤਾਂ ਕੁੱਟਮਾਰ ਇਹੀ ਹੈ ਵੀ ਤਾਂ ਹੀ ਕੀਤੀ ਹੈ ਵੀ ਸਕੂਲ ਦੇ ਵਿੱਚ ਜੋ ਵੀ ਇੰਸਟਰਕਸ਼ਨਸ ਉੱਪਰੋਂ ਆਉਂਦੀਆਂ ਹੈਡ ਨੂੰ, ਹੈਡ ਨੇ ਤਾਂ ਅੱਗੇ ਟੀਚਰਸ ਨੂੰ ਕਹਿਣਾ ਹੀ ਹੈ ਕੰਮ ਵਾਸਤੇ, ਉਹ ਕੰਮ ਨਹੀਂ ਕਰਦੇ ਸੀ ਤਾਂ ਕਰਕੇ ਹੁਣ ਉਹ ਬਹਾਨਾ ਬਣਾਉਂਦੇ ਆ ਵੀ ਇਹ ਕੈਰੈਕਟਰ ਤੇ। ਉਹ ਇਹੀ ਕਹਿੰਦੇ ਵੀ ਮੇਰੇ ਵੱਲ ਦੇਖਦਾ, ਹੁਣ ਇਹਦਾ ਤਾਂ ਕੋਈ ਪ੍ਰੂਫ ਹੀ ਨਹੀਂ ਹੈਗਾ। ਜੇ ਇਹੋ ਜਿਹੀ ਕੋਈ ਗੱਲ ਹੈ ਤਾਂ ਤੁਸੀਂ DO ਸਰ ਬੈਠੇ, BPO ਸਰ ਬੈਠੇ, ਤੁਸੀਂ ਕਿਸੇ ਨਾਲ ਗੱਲ ਕਰੋ। ਇਹ ਤਾਂ ਗੁੰਡਾਗਰਦੀ ਹੋ ਗਈ ਨਾ ਵੀ ਸਰੇਆਮ ਤੁਸੀਂ ਸਕੂਲ ਦੇ ਵਿੱਚ ਆ ਗਏ ਤੇ ਕੁੱਟਮਾਰ ਕਰਕੇ ਇੱਥੇ ਤੁਰ ਗਏ। ਇਹਨਾਂ ਦੀ ਉਮਰ ਇਹ 50 ਸਾਲ ਦੀ। ਕਿੰਨੇ ਬੱਚੇ? 2 ਬੇਟੇ। ਕਿੰਨੇ ਜਣੇ ਸੀ ਇਹ ਰੋਲ? ਇੱਕ ਤਾਂ ਮੇਨ ਤਾਂ ਮੈਡਮ ਸੀ ਕਿਰਨਦੀਪ ਕੌਰ, ਉਹਨਾਂ ਦਾ ਬੇਟਾ ਹੈ ਉਦੇ ਸਿੰਘ ਤੇ ਉਹਨਾਂ ਦਾ ਬ੍ਰਦਰ ਹੈ ਨਿਰਮਲ ਸਿੰਘ ਚੱਕ ਪਿੰਡ। ਇਹ 3 ਹੀ ਸੀਗੇ। ਪੁਲਿਸ ਕੰਪਲੀਟ ਕੀਤੀ? ਹਾਂਜੀ ਕੀਤੀ ਹੈ। 24 ਘੰਟੇ ਹੋ ਗਏ, ਕੋਈ ਕਾਰਵਾਈ ਨਹੀਂ, ਕੋਈ ਪਰਚਾ ਦਰਜ ਨਹੀਂ ਹੋਇਆ, ਕੁਛ ਨਹੀਂ ਹੋਇਆ। ਕੀ ਮੰਗ ਕਰਦੇ? ਬਿਆਨ ਲੈ ਗਏ ਸੀ? ਹਾਂਜੀ ਬਿਆਨ ਤਾਂ ਸਵੇਰ ਲੈ ਗਏ ਸੀ 10 ਵਜੇ, ਪਰ ਕਾਰਵਾਈ ਹਲੇ ਤੱਕ ਕੋਈ ਨਹੀਂ। ਕਿੱਥੇ ਸੱਟਾਂ ਕਿੱਥੇ? ਸੱਟਾਂ ਉਹਨਾਂ ਨੇ ਗੁੱਜੀਆਂ ਹੀ ਮਾਰੀਆਂ, ਮੁੱਕੇ ਮਾਰੇ, ਰੱਤਾ ਮਾਰੇ, ਆ ਮੋਢਾ ਹਿਲਦਾ ਹੀ ਨੀਗਾ। ਇਹ ਕੱਲ 3 ਵਜੇ ਦੀ ਘਟਨਾ। ਹਾਂਜੀ ਉਹ ਇਹਨਾਂ ਦੀ ਹੈ ਵੀਡੀਓ, ਇਹਨਾਂ ਸਕੂਲ 'ਚ ਕੈਮਰੇ ਲੱਗੇ ਆ ਸਾਰੀ, ਵੀਡੀਓ ਰਿਕਾਰਡਿੰਗ ਹੋਈ ਹੈ ਜੋ ਕੁਛ ਉਹਨਾਂ ਨੇ ਕੀਤਾ। ਮੰਗ ਸਾਨੂੰ ਇਨਸਾਫ ਚਾਹੀਦਾ। ਮੇਰਾ ਨਾਮ ਚਮਨ ਲਾਲ ਹੈ ਜੀ। ਮੈਂ ਸਰਕਾਰੀ ਪ੍ਰਾਇਮਰੀ ਸਕੂਲ ਦਸ਼ਮੇਸ਼ ਨਗਰ ਮੁਕਤਸਰ ਸਾਹਿਬ ਵਿਖੇ ਮੈਂ ਬਤੌਰ ਹੈੱਡ ਟੀਚਰ ਸੇਵਾ ਨਿਭਾ ਰਿਹਾ ਜੀ। ਕੱਲ ਜੀ ਸਕੂਲ ਛੁੱਟੀ ਵੇਲੇ ਜਦੋਂ ਮੈਂ ਜਾਣ ਲੱਗਿਆ ਸੀ ਤਾਂ ਇੱਕ ਆਦਮੀ ਆ ਕੇ ਮੈਨੂੰ ਕਹਿੰਦਾ ਸੀ ਚਮਨ ਲਾਲ ਨੂੰ, ਹਾਂਜੀ ਕਹਿੰਦੇ ਤੁਹਾਡੇ ਨਾਲ ਗੱਲ ਕਰਨੀ ਹੈ। ਮੈਂ ਸਭ ਕਿ ਮੈਂ ਕਿਹਾ ਚਲੋ ਕੋਈ ਗੱਲ ਕਰਨੀ ਹੋਣੀ। ਬਸ ਉਹ ਸਕੂਲ ਦੇ ਵਿੱਚ ਮੈਨੂੰ ਗਾਲਾਂ ਕੱਢਣ ਲੱਗ ਗਿਆ ਜੀ। ਬਸ ਮੈਨੂੰ ਕੁਛ ਸਮਝ ਨਹੀਂ ਲੱਗੀ ਗੱਲ, ਉਹਨੇ ਮੈਨੂੰ ਕੁੱਟਮਾਰ ਸ਼ੁਰੂ ਕੀਤੀ। ਮੈਨੂੰ ਤਾਂ ਉਦੋਂ ਪਤਾ ਲੱਗਿਆ ਜਦੋਂ ਮਗਰੋਂ ਮੇਰੇ ਸਕੂਲ ਦੀ ਅਧਿਆਪਕਾ ਕਿਰਨਜੀਤ ਕੌਰ ਅਤੇ ਉਹਨਾਂ ਦਾ ਬੇਟਾ ਵੀ ਆ ਗਏ, ਉਹਨਾਂ ਤਿੰਨਾਂ ਨੇ ਮੈਨੂੰ ਕੁੱਟਣਾ ਸ਼ੁਰੂ ਕਰਤਾ ਜੀ। ਮੈਡਮ ਕਹਿ ਰਹੇ ਸੀ ਕੁੱਟੋ ਮਾਰੋ ਇਹਨੂੰ, ਕਹਿੰਦੇ ਉੱਧਰਲੀ ਚੱਲੋ, ਉੱਧਰ ਕੈਮਰਾ ਨਹੀਂ ਹੈਗਾ। ਮੈਨੂੰ ਉੱਧਰ ਬਰਾਂਡੇ ਵਾਲੇ ਪਾਸੇ ਲੈ ਗਏ ਜੀ। ਮੈਨੂੰ ਫਿਰ ਲੱਤਾਂ ਨਾਲ ਸੰਨਾਂ ਨਾਲ ਟੁੱਡੇ ਮਾਰ ਮਾਰ ਕੇ ਨੀਚੇ ਕੁੱਟਿਆ। ਮੈਡਮ ਨੇ ਵੀ ਮੇਰੇ ਮਾਰੀਆਂ ਜੀ। ਸਰ ਬਤੌਰ ਹੈੱਡ ਟੀਚਰ ਸਰ ਜੋ ਸਰਕਾਰ ਦੀਆਂ ਹਦਾਇਤਾਂ ਜੋ ਇੰਸਟਰਕਸ਼ਨ ਨੇ ਉਹ ਹੈੱਡ ਆਫ ਦਾ ਇੰਸਟੀਟਿਊਸ਼ਨ ਨੂੰ ਫੋਲੋ ਕਰਨੀਆਂ ਪੈਂਦੀਆਂ, ਸਟਾਫ ਨੂੰ ਐਜ ਏ ਪ੍ਰਬੰਧਕ ਤੌਰ 'ਤੇ ਕਹਿਣਾ ਪੈਂਦਾ ਕੰਮ ਔਰ ਜੋ ਪੜ੍ਹਾਈ ਬਾਰੇ, ਬੱਚਿਆਂ ਬਾਰੇ, ਕਲਾਸ ਬਾਰੇ। ਬਸ ਆਹੀ ਗੱਲ ਹੈ ਜੀ। ਇਸ ਗੱਲ ਤੋਂ ਮੈਡਮ ਮੇਰੇ ਤੋਂ ਕੋਈ ਰੰਜਿਸ਼ ਰੱਖਦੇ ਸੀ। ਉਸ ਤੋਂ ਬਾਅਦ ਜੀ ਮਤਲਬ ਮੈਡਮ ਕਹਿੰਦੇ ਮਾਰੋ ਇਹਨੂੰ,
ਇੱਟ ਮਾਰੋ ਉਸ, ਉਹ ਜੋ ਬਾਅਦ ਚ ਪਤਾ ਲੱਗਿਆ ਵੀ ਉਹਦਾ ਨਾਂ ਨਿਰਮਲ ਸਿੰਘ, ਜਿਹੜਾ ਉਹਦਾ ਬ੍ਰਦਰ ਸੀ, ਉਹਦੇ ਬੇਟੇ ਦਾ ਨਾਂ ਉਦੇ ਸਿੰਘ। ਉਹ ਨਿਰਮਲ ਸਿੰਘ ਨੇ ਇੱਟ ਚੱਕ ਕੇ ਮੇਰੇ ਮਾਰਨ ਲੱਗਿਆ ਜੀ, ਪਰ ਮੌਕੇ ਤੇ ਮੁਹੱਲੇ ਵਾਲੇ ਆ ਗਏ, ਉਹਨਾਂ ਨੇ ਇੱਟ ਫੜ ਕੇ ਮੇਰੀ ਜਾਨ ਬਚਾਈ ਜੀ। ਨਹੀਂ, ਰੋਕ ਟੋਕ ਨੀ ਸਰ, ਸਰ ਜੋ 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 ਵਿਭਾਗ ਦੀਆਂ ਹਦਾਇਤਾਂ ਹੈਗੀਆਂ ਉਹਨਾਂ ਦਾ ਸਰ, ਐਜ ਇੰਸਟੀਟਿਊਸ਼ਨ ਹੈਡ ਮੈਨੂੰ ਉਹਨਾਂ ਦਾ ਫੋਲੋ ਕਰਨੀਆਂ ਪੈਂਦੀਆਂ ਵੀ ਕਲਾਸਿਸ ਆਪਾਂ ਧੁੱਪੇ ਬਾਹਰ ਓਪਨ ਚ ਨਹੀਂ ਲਗਾਉਣੀਆਂ, ਆਪਾਂ ਅੰਦਰ ਲਗਾਉਣੀਆਂ। ਮੋਬਾਈਲ ਯੂਜ਼ ਪਰਸਨਲੀ ਆਪਾਂ ਨਹੀਂ ਕਰਨਾ ਜੀ, ਬੱਚਿਆਂ ਨੂੰ ਪੜ੍ਹਾਉਣਾ, ਔਰ ਜੋ ਕਲਾਸ ਦਾ ਕੰਮ ਕਰਨਾ ਜੀ, ਆਪਾਂ ਕਲਾਸਾਂ ਤੋਂ ਬਾਹਰ ਨਹੀਂ ਆਉਣਾ ਹੈਗਾ। ਇਹ ਮੇਰੇ ਕੋਲ 12 ਟੀਚਰ ਦਾ ਸਟਾਫ ਹੈ ਸਰ, ਸਾਰਾ ਸਾਰੇ ਸਟਾਫ ਨੂੰ ਫੋਲੋ ਕਰਦੇ ਹੈਗੇ ਜੀ, ਕਿਸੇ ਇੱਕ ਵੀ ਸਟਾਫ ਮੈਂਬਰ ਨੂੰ ਮੇਰੇ ਤੋਂ ਕੋਈ ਸ਼ਿਕਾਇਤ ਨਹੀਂ। ਤੁਸੀਂ ਇੱਕ ਇੱਕ ਸਟਾਫ ਦਾ ਤੁਸੀਂ ਬਿਆਨ ਲੈ ਸਕਦੇ ਹੋ। ਪਹਿਲਾਂ ਵੀ ਕੋਈ ਗੱਲਬਾਤ ਹੋਈ ਸੀ ਤੁਹਾਡੇ ਨਾਲ, ਕੋਈ ਝਗੜਾ ਹੋਇਆ ਹੋਵੇ ਜਾਂ ਕੋਈ ਗੱਲਬਾਤ? ਨਹੀਂ, ਮੇਰੇ ਨਾਲ ਪਹਿਲਾਂ ਕੋਈ ਝਗੜਾ ਨਹੀਂ ਹੋਇਆ, ਬਸ ਮੈਡਮ ਇਸ ਗੱਲ ਤੋਂ ਅਕਸਰ ਇਸ ਗੱਲ ਤੋਂ ਖਫਾ ਵੈਸੇ ਉਹ ਰਹਿੰਦੇ ਸੀ ਵੀ ਸਰ ਕਹਿੰਦੇ ਕਿਉਂ ਹੈਗੇ ਸਾਨੂੰ। ਹਾਂਜੀ ਮੈਡਮ, ਮੁਕਤਸਰ ਤੋਂ ਹੀ ਰਹਿਣ ਵਾਲੇ ਨੇ। ਇੱਕ ਸੀਸੀਟੀਵੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਮਾਸਟਰ ਨੂੰ ਪਤਾ ਜਨ ਫੁੱਟੀ ਗਿਆ। ਹਾਂਜੀ ਹਾਂਜੀ, ਮੈਨੂੰ ਬਹੁਤ ਬੁਰੀ ਤਰ੍ਹਾਂ, ਔਰ ਜੇ ਮੁਹੱਲੇ ਵਾਲੇ ਨਾ ਆਉਂਦੇ ਤਾਂ ਸ਼ਾਇਦ ਮੈਨੂੰ ਉਹ ਮੈਨੂੰ ਮਾਰ ਵੀ ਦਿੰਦੇ ਜੀ। ਤੁਹਾਡਾ ਸਕੂਲ ਕਿਹੜੇ ਮੁਹੱਲੇ ਦੇ ਤੇ ਕਿਹੜੇ ਸਰੂਪ ਦੇ ਰਹਿੰਦੇ? ਮੇਰਾ ਸਕੂਲ ਦਾ ਨਾਮ ਸਰਕਾਰੀ ਪ੍ਰਾਇਮਰੀ ਸਕੂਲ ਦਸ਼ਮੇਸ਼ ਨਗਰ, ਇਹ ਲੋਕੇਟਡ ਹੈਗਾ ਜੀ ਸਰ ਤਿਲਕ ਨਗਰ ਗਲੀ ਨੰਬਰ 2 ਦੇ ਵਿੱਚ ਜੀ। ਹਾਂਜੀ, ਕਿੰਨੇ ਜਣੇ ਸੀ ਜੋ ਤੁਹਾਨੂੰ ਕੁੱਟ ਰਹੇ ਸੀ? ਸਰ ਮੈਡਮ, ਮੇਨ ਮੈਡਮ ਮੈਡਮ ਨੇ ਵੀ ਮੇਰੇ ਚਪੇੜਾਂ ਲੱਤਾਂ ਮਾਰੀਆਂ ਜੀ। ਉਹਨਾਂ ਦਾ ਭਰਾ ਜਿਹਦਾ ਨਾਮ ਨਿਰਮਲ ਸਿੰਘ ਦੱਸਿਆ ਗਿਆ, ਤੇ ਉਹਨਾਂ ਦਾ ਬੇਟਾ ਜੀ, ਬਾਕੀ ਕੋਈ ਹੋਰ ਵੀ ਅਣਪਛਾਤਾ ਹੋਵੇ ਤਾਂ ਮੇਰੇ ਕੋਈ ਪਤਾ ਨਹੀਂ ਲੱਗਿਆ ਜੀ ਮੈਨੂੰ, ਕਿਉਂਕਿ ਮੈਨੂੰ ਕੁਛ ਪਤਾ ਹੀ ਨਹੀਂ ਲੱਗਣ ਦਿੱਤਾ ਉਹਨਾਂ ਨੇ ਮੇਰੇ ਜੀ। ਬਸ ਮੈਨੂੰ ਸੁੱਟ ਲਿਆ ਸਾਰੇ ਪਿੰਡੇ ਸਾਰੇ ਸਰੀਰ ਤੇ ਉਹਨਾਂ ਨੇ ਲੱਤਾਂ ਮੁੱਖੇ ਕਸੰਨ ਜੀ ਮਾਰੇ ਜੀ।